ਕਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਟਹਿਣਾ ਸਾਹਿਬ, ਪਹਿਲਾਂ ਵੀ ਅਸੀਂ ਜ਼ਿਕਰ ਕਰਕੇ ਹਟੇ ਹਾਂ, ਸਭ ਤੋਂ ਵੱਡੀ ਗੱਲ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਗਏ ਵਿਛੋੜਾ। ਫਿਰ ਬਿਲਕੁਲ ਜੀ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 84 ਸਾਲ ਦੀ ਉਮਰ ਦੇ ਵਿਚ ਵਿਛੋੜਾ ਦੇ ਗਏ ਆ ਤੇ ਉਹ ਪਿਛਲੇ ਕਈ ਹਫ਼ਤਿਆਂ ਤੋਂ ਹਸਪਤਾਲ ਦੇ ਵਿਚ ਭਰਤੀ ਸੀ ਦਿੱਲੀ ਦੇ ਵਿਚ ਤੇ ਉਹ 1912 ਤੋਂ ਲੈ ਕੇ 17 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਆ। ਪਿਛਲੇ ਸਾਲ ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਭਾਰਤ ਰਤਨ ਦਿੱਤਾ ਗਿਆ ਸੀਗਾ ਤੇ ਇਹਨਾਂ ਦੇ ਬ੍ਰੇਨ ਦੀ ਸਰਜਰੀ ਹੋਈ ਸੀ ਕਿਉਂਕਿ ਦਿਮਾਗ ਦੇ ਵਿਚ ਕਲੌਟ ਆ ਗਿਆ ਸੀ ਤੇ ਨਾਲ ਇਹਨਾਂ ਨੂੰ ਕੋਰੋਨਾ ਵੀ ਹੋ ਗਿਆ ਸੀ। ਕੋਰੋਨਾ ਲਗਭਗ 20 ਦਿਨ ਪਹਿਲਾਂ 10 ਦਿਨ ਪਹਿਲਾਂ ਪਤਾ ਲੱਗਾ ਸੀ, ਪਰ ਜਿਹੜਾ ਬ੍ਰੇਨ ਦੇ ਵਿਚ ਕਲੌਟ ਆ ਜਿਹੜਾ ਉਹ ਅਚਾਨਕ ਉਹਦੀ ਸਰਜਰੀ ਕਰਨੀ ਪਈ ਸੀ। ਸੋ ਇਹ ਸਾਰਾ ਕੁਝ ਕਰਨ ਕਰਕੇ ਤੇ ਪਿਛਲੇ ਕਈ ਦਿਨ ਆਪਾਂ ਵੈਂਟੀਲੇਟਰ ਦੇ ਉੱਤੇ ਸੀਗੇ ਤੇ ਕੱਲ ਉਹਨਾਂ ਦੀ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ ਦੇ ਵੇਲੇ ਮੌਤ ਹੋਈ। ਟਹਿਣਾ ਸਾਹਿਬ, ਜਿਹੜੀ ਅਗਲੀ ਖਬਰ ਜਿਹੜੀ ਹੈ ਅੰਗ ਕੱਢਣ ਦਾ ਮਾਮਲਾ, ਕੋਰੋਨਾ ਜਿਹੜੇ ਪੀੜਤ ਸੀਗੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਸੀ ਉਹਨਾਂ ਦੇ ਅੰਗ ਕੱਢੇ ਜਾਂਦੇ ਸੀ, ਹੁਣ ਉਹਦੇ ਉੱਤੇ ਪੁਲਿਸ ਨੇ ਆਮ ਲੋਕਾਂ ਤੋਂ ਜਿਨ੍ਹਾਂ ਦੇ ਨਾਲ ਇਹ ਗੱਲਾਂ ਵਾਪਰੀਆਂ ਨੇ ਉਹਨਾਂ ਤੋਂ ਸ਼ਿਕਾਇਤਾਂ ਮੰਗੀਆਂ ਨੇ। ਕਿੰਨਾ ਕੁ ਵੱਡੀ ਪੱਧਰ ਦਾ ਇਹ ਮਾਮਲਾ ਹੈ, ਕਿੰਨਾ ਕੁ ਘਪਲਾ ਇਹਦੇ ਚ, ਜਾਂ ਕਿੰਨੇ ਕੁ ਇਹਦੇ ਵਿਚ ਜਿਹੜੀ ਕੀ ਹੈ ਇਨਸਾਨੀਅਤ ਦੀ ਗਲਤ ਵਰਤੋਂ ਹੋਈ ਹੈ? ਜੀ ਦੇਖੋ, ਇਸ ਗੱਲ ਤਾਂ ਥੋੜਾ ਫਰਕ ਇਹ ਹੈ ਕਿ ਮਾਮਲਾ ਤੇ ਕਾਫੀ ਵੱਡਾ ਮਾਮਲਾ, ਇਸ ਕਰਕੇ ਵੱਡਾ ਕਿਉਂਕਿ ਲੋਕਾਂ ਨੂੰ ਇਸ ਗੱਲ ਦੇ ਲਈ ਬਹੁਤ ਚਿੰਤਾ ਕਰਨੀ ਪੈ ਰਹੀ ਹੈ। ਲੋਕ ਇਸ ਗੱਲੋਂ ਬੜੇ ਪਰੇਸ਼ਾਨ ਆ ਵੀ ਸਾਡੇ ਨਾਲ ਬਣੂਗਾ ਕੀ, ਕਿਉਂਕਿ ਇਸ ਵਕਤ ਹਰ ਅਖਬਾਰ ਦੇ ਵਿਚ ਇਹ ਖਬਰ ਹੈ ਵੀ ਭਾਈ ਅੰਗ ਕੱਢੇ ਜਾ ਰਹੇ ਆ, ਹਰ ਪਾਸੇ ਜਿਹੜਾ ਉਹ ਚਰਚਾ ਇਸ ਗੱਲ ਦਾ, ਸੋਸ਼ਲ ਮੀਡੀਆ ਦੇ ਉੱਤੇ ਭਰਮਾਰ ਹੈ ਇਸ ਗੱਲ ਦੀ। ਹਾਲਾਂਕਿ ਇਸ ਗੱਲ ਦੇ ਵਿਚ ਸੱਚਾਈ ਕੋਈ ਨੀ ਗੀ ਹਾਲ ਦੀ ਘੜੀ ਚ ਲੱਗਦਾ, ਪਰ ਲੋਕਾਂ ਦੇ ਮਨਾਂ ਵਿਚ ਬੇਭਰੋਸਗੀ ਸਿਹਤ ਮਹਿਕਮੇ ਦੇ ਪ੍ਰਤੀ ਇਹੋ ਜਿਹੀ ਪੈਦਾ ਹੋਈ ਆ ਵੀ ਲੋਕ ਇਹ ਸਮਝ ਰਹੇ ਆ ਵੀ ਸ਼ਾਇਦ ਇਹ ਅੰਗ ਕੱਢੇ ਜਾ ਰਹੇ ਆ। ਹੁਣ ਰੌਲਾ ਪਿੱਛੇ ਦੋ ਤਿੰਨ ਗੱਲਾਂ ਦਾ, ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਨੇ ਸ਼ੁਰੂ ਕਰਤੇ ਆ ਕਿ ਜੇਕਰ ਸਾਡੇ ਪਿੰਡ ਦੇ ਵਿਚ ਕੋਈ ਵੀ ਕੋਰੋਨਾ ਪੀੜਿਤ ਹੋ ਜਾਂਦਾ ਅਸੀਂ ਸਿਹਤ ਮਹਿਕਮੇ ਦੀ ਟੀਮ ਦੇ ਨਾਲ ਨਹੀਂ ਭੇਜਣਾ। ਦੂਜੀ ਗੱਲ ਇਹ ਹੈਗੀ ਆ ਲੋਕਾਂ ਦਾ ਇਹ ਕਹਿਣਾ ਕਿ ਜੇਕਰ ਸਾਡੇ ਪਿੰਡ ਦਾ ਕੋਈ ਬੰਦਾ ਮਰ ਜਾਂਦਾ ਕੋਰੋਨਾ ਕਰਕੇ ਤਾਂ ਅਸੀਂ ਉਸ ਬੰਦੇ ਦਾ ਪੋਸਟਮਾਰਟਮ ਆ ਜਿਹੜਾ ਉਹ ਆਪਣੇ ਪਿੰਡ ਦੀ ਪੰਚਾਇਤ ਦੇ ਸਾਹਮਣੇ ਕਰਵਾਉਣਾ, ਗੈਰ ਹਾਜ਼ਰੀ ਚ ਨਹੀਂ। ਕਿਉਂਕਿ ਕਾਰਨ ਇਹ ਹੈ ਜੀ ਕਿ ਜੇਕਰ ਕੋਈ ਪਿੰਡ ਦਾ ਬੰਦਾ ਕੋਰੋਨਾ ਪੀੜਿਤ ਹੋ ਜਾਂਦਾ ਉਹਨੂੰ ਸਿਹਤ ਮਹਿਕਮੇ ਦੀ ਟੀਮ ਚੱਕ ਕੇ ਲੈ ਜਾਂਦੀ ਹੈ, ਉਹ ਉਸ ਤੋਂ ਬਾਅਦ ਉਹਨੂੰ ਰੱਖਦੇ ਆ ਜਿਵੇਂ ਕੈਦ ਚ ਰੱਖਿਆ ਹੁੰਦਾ, ਫਿਰ ਅਚਾਨਕ ਖਬਰ ਇਹ ਆਉਂਦੀ ਉਹਦੀ ਮੌਤ ਹੋ ਗਈ ਆ। ਜਦੋਂ ਮੌਤ ਹੋ ਗਈ ਆ ਫਿਰ ਉਹਨੂੰ ਚੱਕ ਕੇ ਉਹਨੂੰ ਬੈਗ ਚ ਪਾ ਕੇ ਲਿਆਉਂਦੇ ਕਾਲੇ ਰੰਗ ਦੇ ਬੈਗ ਦੇ ਵਿਚ ਤੇ ਨਾਲ ਦੀ ਨਾਲ ਹੀ ਉਹਦਾ ਸੰਸਕਾਰ ਕਰਦੇ ਜਦੋਂ ਸ਼ਮਸ਼ਾਨ ਘਾਟ ਦੇ ਵਿਚ ਆਉਂਦੇ ਆ ਤਾਂ ਟੱਬਰ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਦੂਰ ਖੜੇ ਹੋ ਕੇ ਤੇ ਮੂੰਹ ਦੇਖ ਲਓ, ਇਹਦਾ ਨੇੜੇ ਨਹੀਂ ਆਉਣਾ ਕਿਉਂ ਕੋਰੋਨਾ ਨਾ ਫੈਲ ਜੇ। ਫਿਰ ਸੰਸਕਾਰ ਉਹਦਾ ਆਪਦੇ ਹੱਥੀਂ ਕਰਕੇ ਜਾਂਦੇ ਆ ਤੇ ਫਿਰ ਲੋਕਾਂ ਦੇ ਮਨਾਂ ਦੇ ਵਿਚ ਇਹ ਹੁਣ ਖਦਸ਼ਾ ਪੈਦਾ ਹੋ ਗਿਆ ਵੀ ਕਿਤੇ ਇਹ ਤਾਂ ਨਹੀਂ ਵੀ ਕਿਤੇ ਅੰਗ ਕੱਢ ਲਏ ਜਾਂਦੇ ਹੋਣ। ਜਿਸ ਤਰੀਕੇ ਨਾਲ ਤੰਦਰੁਸਤ ਚੰਗਾ ਭਲਾ ਬੰਦਾ ਅੱਜ ਲੈ ਕੇ ਗਏ ਆ, ਚੌਥੇ ਪੰਜਵੇਂ ਲੜਕੇ ਬੰਦੇ ਦੀ ਮੌਤ ਹੋ ਗਈ ਆ ਤੇ ਫਿਰ ਇਹ ਸਾਰਾ ਕੁਝ ਆਪ ਹੀ ਕਰ ਦਿੰਦੇ ਸੀ ਸਰਕਾਰ ਤੱਕ ਦਾ, ਤੇ ਲੋਕਾਂ ਦੇ ਮਨਾਂ ਦੇ ਵਿਚ ਇਸ ਗੱਲ ਦਾ ਜਿਹੜਾ ਉਹ ਡਰ ਪੈਦਾ ਹੋ ਗਿਆ। ਹੁਣ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਇਹ ਗੱਲ ਕਹੀ ਹੈ ਵੀ ਅਸੀਂ ਆਪਦੇ ਪਿੰਡ ਦੇ ਬੰਦੇ ਨੂੰ ਜੇਕਰ ਕੋਰੋਨਾ ਪੀੜਿਤ ਹੋ ਗਿਆ ਆਪਦੇ ਪਿੰਡ ਚ ਇਕਾਂਤਵਾਸ ਕਰਾਂਗੇ, ਹਸਪਤਾਲ ਭੇਜਣਾ ਹੀ, ਤੇ ਜੇਕਰ ਉਹਦੀ ਮੌਤ ਹੋ ਜਾਂਦੀ ਆ ਤਾਂ ਅਸੀਂ ਆਪਦੀ ਹਾਜ਼ਰੀ ਚ ਪੋਸਟਮਾਰਟਮ ਕਰਵਾਵਾਂਗੇ। ਤੇ ਕੱਲ ਤਾਂ ਪਤਾ ਇਹ ਲੱਗਿਆ ਜੀ ਕਿ ਕਈ ਪਿੰਡਾਂ ਦੇ ਵਿਚ ਜਦੋਂ ਸਿਹਤ ਮਹਿਕਮੇ ਦੀਆਂ ਟੀਮਾਂ ਗੱਲਾਂ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ। ਇੱਕ ਪਿੰਡ ਦੇ ਵਿਚ ਗਰਭਵਤੀ ਔਰਤ ਆ ਜਿਹਨੂੰ ਕੋਰੋਨਾ ਹੋਇਆ ਗਿਆ, ਉਹਨੂੰ ਲੈਣ ਵਾਸਤੇ ਸਿਹਤ ਮਹਿਕਮੇ ਦੀ ਟੀਮ ਗਈ, ਨਾਲ ਕੁਝ ਪੁਲਿਸ ਵਾਲੇ ਵੀ ਸੀਗੇ ਤੇ ਲੋਕਾਂ ਨੇ ਪੁਲਿਸ ਦੇ ਉੱਤੇ ਹਮਲਾ ਕਰਤਾ ਤੇ ਪੁਲਿਸ ਵਾਲੇ ਬੜੇ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਆ। ਸੋ ਇਸ ਕਰਕੇ ਪੰਜਾਬ ਦੀ ਸਰਕਾਰ ਦੇ ਵੱਲੋਂ, ਪੰਜਾਬ ਦੀ ਪੁਲਿਸ ਦੇ ਵੱਲੋਂ ਲੋਕਾਂ ਨੂੰ ਇਹ ਗੱਲ ਕਹੀ ਗਈ ਹੈ ਵੀ ਸਿਆਣੇ ਬਣੋ, ਤੇ ਕੁਝ ਕੁ ਲੋਕਾਂ ਦੇ ਉੱਤੇ ਪਰਚੇ ਵੀ ਦਰਜ ਕੀਤੇ ਗਏ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਅਫਵਾਹਾਂ ਫੈਲਾਈਆਂ ਵੀ ਭਾਈ ਕਿਡਨੀਆਂ ਕੱਢ ਲੈਂਦੇ ਆ, ਅੰਗ ਕੱਢ ਲੈਂਦੇ ਆ, ਤੇ ਫਿਰ ਇਸ ਕਰਕੇ ਸਰਕਾਰ ਆ ਜਿਹੜਾ ਉਹ ਬਿਨਾਂ ਟੱਬਰ ਨੂੰ ਦਿਖਾਈ ਕਰਵਾ ਦਿੰਦੇ ਆ। ਤੇ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆ ਉਹਨਾਂ ਨੇ ਲੋਕਾਂ ਨੂੰ ਇਹ ਗੱਲ ਕਹੀ ਆ ਵੀ 24 ਘੰਟੇ ਚ 48 ਘੰਟੇ ਚ ਤੁਸੀਂ ਕੋਈ ਸਬੂਤ ਲੈ ਕੇ ਆਓ ਵੀ ਕਿਸੇ ਦੇ ਅੰਗ ਕੱਢੇ ਗਏ ਆ, ਜਾਂ ਤੁਹਾਡੇ ਕੋਲ ਕੋਈ ਰਿਕਾਰਡਿੰਗ ਹੋਵੇ ਜਾਂ ਕੋਈ ਆਡੀਓ ਵੀਡੀਓ ਹੋਵੇ ਜਿਹਦੇ ਚ ਪਤਾ ਲੱਗਦਾ ਹੋਵੇ
भाई ये सची मुची गल सची है तो फिर असि ओके कारवाई करा तो लोगों ने यह गल कही है जी कि इन्होंने मसलों के ना पाओ पंजाब के पहले ही बहुत वही समस्या जे तुम कोरोना का टेस्ट ही ना कराओगे तो पंजाब के महामारी होर बढ़ जाएगी। जी 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 वैसे तो टैनल साहब जरा भारत है बहुत खित्यां दे विच मल्ला मार रहा है अगे तो अगे बढ़ रहा है तरक्की कर रहा है कोरोना वाले काम दे विच भी नंबर वन बन गया दुनिया दे विचों 70,000 तो वध एक दिन दे विच केस आए ने भारत दे विच ते हुण इह जिहड़ा कोरोना दा इन्नी वड्डी पद्धर ते भारत दे विच फैलना किन्ना क चिंताजनक विशा है। देखो गल यह है कलाना साहब की चिंताजनक का बहुत ज्यादा विषय उदा एक कारण एक वजह यह है कि असी तो जिमें जिमें सानू साडी केंद्र की सरकार कही गई असी उवे उवे करी गए वो कहने की थालियां खड़काओ असी थालियां खड़काती वो कहने ताड़ियां बजाओ असी ताड़ियां बजाती वो कहने मोमबत्तियां जगाओ असी मोमबत्तियां जगाती वो कहने की तुम जितारे लाओ असी जितारे लाते होर इस तो बाद तो अभी कुछ कर भी नहीं सकते साधारण लोग पर रौला इस गल का भी यह सारा कुछ करने के बावजूद हम 24 घंटे से 75,000 केस होने लग पे 24 घंटे 80,000 केस होने लग पे सो जो उन्होंने सानू तरकीबा कही एक तो गलत साबित हुई उस तो अगली गल यह है कि इना सख्त लॉकडाउन होने के बावजूद फिर भी इनी वड्डी गिणती दे विच केस आ रहे हैं मतलब यह है कि असी लॉकडाउन के विच भी कोई प्रबंध ढुकमा किया नहीं है उस तो अगली गल यह है जी कि असी लोगों नू जागरूक भी नहीं कर सके ते ना ही असी सेहत सहूलत पैदा कर सके हैं ते जेकर दवाई नहीं बनी हाले तक तो फिर 20 लाख रुपये का बिल कि गलों हस्पताल च बन जाता हूं मेरे बहुत सारे दोस्त आ जिहड़े मैनू फोन करके गल कहिंदे आ कि साडा फलाना मरीज भूआ चाचा ताया मामा फुफड़ कोई इस वक्त हस्पताल दे विच दाखल आ फलाने वो कहिंदे जी 25 तों लैके 30,000 रुपया दिन का खर्चा बना दिते आ 8-9,000 रुपया दवाइया लेके दे देंगे भी लैके आओ जेकर दवाई बनी कोई नहीं तो फिर दवाई लिखे कह देंगे 25-30,000 रुपया क्यों लेंगे जो कैप्टन अमरिंदर सिंह ने कहा भी निजी हस्पताल 24 घंटे 10,000 रुपया ले सकते हैं सो इन्हों गलों ने करके लोगों के बहुत वाला डर भी है तो लोगों के मनों में गुस्सा भी है लोगों के कारोबार छुट गए हैं लोग भारत के बेरोजगार हो गए हैं गरीबा ने जोड़े काम काज जो दिहाड़ीदार ने वो भी छुटे पे है स्कूल कहने भी फीसा पहला जमा कराओ तो नैना फिर भेजना रोटी पानी की लड़ हैगी राशन के मामले च घपले बाजिया हुई सो इन गलों के करके इं लगता भी भारत के कोरोना जोड़ा वो करके कई लोगों का धंधा चल पाया क्योंकि कोरोना धंधा बना लिया कई लोगों ने तो कई लोग बेचारे जोड़े वो बेदर कर दिए। जी भारत दे विच पंजाब दे विच खास करके अनलॉक 4 उहदी तैयारी शुरू है ते जिवें कि तुसीं हुण जिक्र कीता कि जिहड़े सरकारी हस्पताल ने इन्हां दे विच जिहड़ी है जिहड़ी आपां इह कह दईए खर्चे जिहड़े ने उहनां दी जिहड़े ने 1 सितंबर तों उह वध जाणे ने फीस जिहड़ी है इन्हां दी पता नहीं किन्नी कु हो जाणी इहदा तुहानूं पता होणा पर फिर लोक किधर जाणगे। देखो एक तो गल यह हैगी है कि अज तो भारत के अनलॉक प्रक्रिया शुरू होगी अनलॉक पार्ट 4 की पर जी तुम खबर पूछी है यह हैगी पंजाब संबंधित पंजाब के अज तो फीसा के वाधा होया जिहड़ा सरकारी हस्पतालों की फीस है वो जी हैगी फीसी बनाने 10 रुपये जिहड़ा है आम सधारण वार्ड 40 रुपये जे तुम रहना है एसी वार्ड के मरीज रखना 1,000 रुपया जो VIP वार्ड के रखना 1,250 रुपये इदा दिन खबर है पर दूजी महत्वपूर्ण गल यह हैगी है कि 6 साल बाद सरकारी हस्पतालों की फीस वधाई गई है पंजाब के सेहत मंत्री बलबीर सिंह सिद्धू ने कहा वो कहने भी फीस वधाने समय की लड़ भी थी 6 सालों का फीस वधाई थी जी वही फीस करके पैसा वही हस्पताल का वो अस किसी होर काम से नहीं लावे वो अभी हस्पतालों की सांभ संभाल के किसी ला जाए देखो चंगी गल है जेकर वो इदा ही ला क्योंकि लोग है जेड़े वो ये सोचते जी कि इलाज महंगा करके इस वक्त कोरोना के फायदा खट रही है सरकार पर सिद्धू होर ने यह गल कही जी कि असं इदा का कुछ नहीं करा
गल फिर उसे मुकदी है कि जिहड़ा सेहतमय समाज उहदी भरोसे योग्यता बहाल करनी समय की बहुत वड्डी लोड़ है। जेकर लोग सेहत महकमे के मुलाजमान कुटन पै जाते हैं, जेकर इन्हां दे उत्ते हमला करते हैं, तो मतलब यह है भी लोगों को यकीन नहीं है। तो यकीन क्यों नहीं है? क्योंकि सेहत महकमे ने इन्हां पंजा छिया महीनों के कोई इहोजी तली के उत्ते सरों जमा के ढुकवी गल करके नहीं दिखाई जिहड़ी कि दिखाई चाहिए सी। चाहिए तो यह भी सेहत महकमा लोगों का भरोसा इस कदर से बढ़ा कि भाई जब असी है फिर बेफिक्री वाली गल है, फिर फिक्र कि गलों करते हैं, पर इतने सारा कुछ उल्ट हो। जी जी, उधर टैना साहब एक कबड्डी खिडारी है जड़ा उदा कतल होया जी, पांच पुलिस मुलाजम जड़े ने ओ काबू किते गए ने, की पुलिस वालों का हाथ सी उनू उदे कतल दे विच? हां बिल्कुल जी, एक खबर है जी भगवानपुरा पिंड तो, बिल्कुल उही कुछ होया जड़ा के कुछ महीने पहला अरविंदर पहलवान दे नाल होया सी। ओ भी एक बड़ा वड्डा कबड्डी खिडारी सी, ओनू भी एक पुलिस वाले ने मारता सी निक्की दी गल दे उत्ते। उस तो बाद हुण इत्थे जिहड़ा गुरमेज सिंह पप्पी नाम दा कबड्डी खिडारी है, यह मुंडा विदेशां दे विच भी खेड के आया सी, इहदा भी कतल कर दिता गया। मन्निया जा रहा है जी कि एक पुरानी रंजिश ते कतल कीता गया। वैसे खबर यह आई है जी कि जिहड़ा कबड्डी खिडारी है वह अपने परिवार समेत गड्डी दे विच सीगा, ओवरटेकिंग दा चक्कर सी जां कोई भी होर इदां दी गल सीगी जिदे करके बहसबाजी हुई है। दूजे पासे जेड़े बदमाश है उहदा ने गोलियां सिद्धियां हिच दे विच मार के एक कबड्डी खिडारी नूं मारता। हुण इस कबड्डी खिडारी दे बाप दे बयानां दे आधार दे उत्ते कहिंदा ते परचा दर्ज कीता गया। छे जिहड़ां ते परचा दर्ज होया उहनां छेयां दे विचों कहिंदे वी पंज जणे पुलिस वाले आ। हैरानी इस गल दी हुंदी है कि पंजाब दी पुलिस है जिहड़ी उह किहड़े राह दे उत्ते तुर पई है। ਪੰਜਾਬ ਦੀ ਪੁਲਿਸ ਦਾ ਸਤਿਕਾਰ ਲੋਕ ਕਿੰਨਾ ਕੁ ਕਰਦੇ ਆ ਆਪਾਂ ਜਾਣਦੇ ਹਾਂ, ਪਰ ਜਦੋਂ ਬੰਦੇ ਨੂੰ ਮਾਰਨ ਲੱਗੇ ਇੱਕ ਸਟਿੰਟ ਲਾਉਂਦੀ ਹੈ ਤਾਂ ਹੈਰਾਨੀ ਹੋਣੀ ਕੁਦਰਤੀ ਵੀ ਹੈ ਵੀ ਭਾਈ ਇਹ ਕਿਹੜੇ ਪਾਸੇ ਨੂੰ ਪੰਜਾਬ ਤੁਰ ਪਿਆ, ਇਹ ਪੰਜਾਬ ਦੀ ਪੁਲਿਸ ਤੁਰਤੀ ਹੈ। ਸੋ ਗੱਲ ਇਹ ਹੈ ਟਵਾਣਾ ਸਾਹਿਬ ਕਿ ਇੱਕ ਘਰ ਦਾ ਚਿਰਾਗ ਤੁਸੀਂ ਇੱਕ ਸਟਿੰਟ ਦੇ ਵਿੱਚ ਬੁਝਾ ਦਿੰਦੇ ਆ ਪਿਸਤੌਲ ਦਾ ਘੋੜਾ ਜੱਪ ਕੇ, ਤੇ ਸਾਰੀ ਉਮਰ ਉਹਨਾਂ ਦੇ ਟੱਬਰ ਦੇ ਵਿੱਚ ਖੁਸ਼ੀਆਂ ਖੋ ਲੈਂਦੇ ਆ, ਉਹਨਾਂ ਦੇ ਟੱਬਰ ਦੇ ਵਿੱਚ ਸਿਰਫ ਵਹਿਣ ਛੱਡਦੇ ਪੈਣ ਦੇ ਲਈ, ਬਾਅਦ ਦੇ ਵਿੱਚ ਬੰਦਾ ਆਪ ਜੇਲ੍ਹ ਚਲਾ ਜਾਂਦਾ ਜਿਹਨੇ ਆਪਸ਼ ਕੀਤਾ ਹੁੰਦਾ। ਟੱਬਰ ਤਾਂ ਦੋ ਬਰਬਾਦ ਹੋ ਗਏ, ਅਸਲ ਦੇ ਵਿੱਚ ਇੱਕ ਨਹੀਂ ਹੋਇਆ, ਇੱਕ ਤਾਂ ਜਿਹੜਾ ਉਹ ਸਮੇਂ ਦੇ ਲਈ ਹੋ ਗਿਆ, ਦੂਜੇ ਨੂੰ ਪਤਾ ਨਹੀਂ ਕਦੋਂ ਜ਼ਮਾਨਤ ਮਿਲਣੀ ਹੈ, ਕੀ ਬਣੂਗਾ ਇਸ ਮਾਮਲੇ ਦੇ ਵਿੱਚ। ਸੋ ਇਹ ਖਬਰ ਬੜੀ ਦਰਦਨਾਕ ਹੈ, ਕਿਉਂਕਿ ਮੈਂ ਜਦੋਂ ਕੱਲ੍ਹ ਪੜ੍ਹੀ ਵੀ ਇੱਕ ਕਬੱਡੀ ਖਿਡਾਰੀ ਨੂੰ ਇੱਕ ਇਸ ਤਰੀਕੇ ਦੇ ਨਾਲ ਨਿੱਕੀ ਜਿਹੀ ਗੱਲ ਦੇ ਉੱਤੇ ਵੀ ਮਾਰਿਆ ਜਾ ਸਕਦਾ ਹੈ ਤਾਂ ਦੁੱਖ ਹੁੰਦਾ। ਪੰਜਾਬ ਬਿਲਕੁਲ ਬਿਹਾਰ ਵਰਗਾ ਯੂਪੀ ਵਰਗਾ ਬਣਦਾ ਜਾ ਰਿਹਾ ਹੈ, ਜਿੱਥੇ ਕੋਈ ਵੀ ਕੁਛ ਵੀ ਕਰਕੇ ਮਿੰਟਾਂ ਸਕਿੰਟਾਂ 'ਚ ਚਲਾ ਜਾਂਦਾ। ਹਾਂ, ਮੈਂ ਪਰਸੋਂ ਇੱਕ ਹੋਰ ਖਬਰ ਪੜ੍ਹੀ, ਇੱਕ ਘਰ ਦੇ ਵਿੱਚ ਜਾ ਕੇ ਤੇ ਸਰਪੰਚੀ ਦੀ ਚੋਣ ਨੂੰ ਲੈ ਕੇ ਰੰਜਿਸ਼ ਸੀ, ਤੇ ਸਰਪੰਚ ਆ ਜਿਹੜਾ ਤੇ ਉਹ ਨਾਲ ਕਈ ਬੰਦੇ ਲੈ ਕੇ ਗਿਆ ਤੇ ਬੂਹਾ ਖੜਕਾਇਆ ਆਪਦੇ ਸ਼ਰੀਕਿਆਂ ਦਾ। ਉਹ ਕਹਿੰਦੇ ਕੌਣ? ਕਹਿੰਦੇ ਵੀ ਪੁਲਿਸ ਵਾਲੇ ਆ ਤੇ ਵਾਲੇ ਦਾ ਬੂਹਾ ਖੋਲੋ। ਉਹਨਾਂ ਨੇ ਬੂਹਾ ਖੋਲਿਆ, ਪਾੜ ਪਾੜ ਕਰਦੀਆਂ ਮੁੰਡੇ ਦੇ ਗੋਲੀਆਂ ਮਾਰੀਆਂ, ਮਿੰਟਾਂ ਸਕਿੰਟਾਂ ਤੁਹਾਡਾ ਕਤਲ ਕਰਕੇ ਉਹ ਗਏ ਉਹ ਗਏ ਉਹ ਗਏ। ਮਾੜੀ ਗੱਲ ਹੈ ਜੀ। ਟੈਨਸ ਸਾਹਿਬ, ਜੇ ਦੇਖਿਆ ਜਾਵੇ ਨਾ ਆ ਕੋਰੋਨਾ ਦੇ ਕਰਕੇ 30 ਸਤੰਬਰ ਤੱਕ ਭਾਰਤ ਦੇ ਵਿਚੋਂ ਆਉਣ ਵਾਲੀਆਂ ਉਡਾਣਾਂ ਤੇ ਜਾਣ ਵਾਲੀਆਂ ਉਡਾਣਾਂ ਦੋਨੇ ਬੰਦ, ਨਾ ਕੋਈ ਆ ਸਕਦਾ ਨਾ ਕੋਈ ਜਾ ਸਕਦਾ 30 ਸਤੰਬਰ ਤੱਕ। ਜੀ ਦੇਖੋ ਜੀ, ਗੱਲ ਇਹ ਹੈ ਕਿ ਭਾਰਤ ਦੇ ਵਿਚ ਅੱਜ ਤੋਂ ਯਾਨੀ ਕਿ 1 ਸਤੰਬਰ ਤੋਂ ਅਨਲੋਕ ਪਾਰਟ 4 ਸ਼ੁਰੂ ਹੋ ਗਿਆ, ਜਿਵੇਂ ਮੈਂ ਪਹਿਲਾਂ ਕਿਹਾ। ਇਹਦੇ ਵਿੱਚ ਕਈ ਚੀਜ਼ਾਂ ਨੂੰ ਰਿਆਇਤਾਂ ਮਿਲ ਗਿਆ। ਪਹਿਲੀ ਤਾਂ ਗੱਲ ਇਹ ਹੈ ਵੀ 7 ਸਤੰਬਰ ਤੋਂ ਭਾਰਤ ਦੇ ਵਿੱਚ ਜਿਹੜੇ ਮਹਾਂਨਗਰ ਜਿਵੇਂ ਦਿੱਲੀ, ਬੰਬੇ, ਕਲਕੱਤੇ ਤੇ ਇੱਥੇ ਜਿਹੜੀਆਂ ਮੈਟਰੋ ਸੇਵਾ ਚੱਲਦੀ ਆ, ਉਹ ਮੈਟਰੋ ਸੇਵਾ 7 ਤੋਂ ਬਾਅਦ ਚੱਲਣੀ ਸ਼ੁਰੂ ਹੋ ਜਾਣੀ। ਫਿਰ ਇਹ ਗੱਲ ਕਹੀ ਗਈ ਹੈ ਵੀ 21 ਸਤੰਬਰ ਤੋਂ ਭਾਰਤ ਦੇ ਵਿੱਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸਮਾਗਮ ਆ ਜਿਹੜੇ, ਉਹਨਾਂ ਦੇ ਵਿੱਚ 100 ਬੰਦਾ ਇਕੱਠਾ ਹੋ ਸਕੂਗਾ। ਉਸ ਤੋਂ ਅਗਲੀ ਗੱਲ ਇਹ ਕਹੀ ਗਈ ਹੈ ਕਿ ਭਾਰਤ ਦੇ ਵਿੱਚ ਹੌਲੀ ਹੌਲੀ ਪ੍ਰਕਿਰਿਆ ਦਰ ਪ੍ਰਕਿਰਿਆ ਅਸੀਂ ਸਾਰੀਆਂ ਚੀਜ਼ਾਂ ਖੋਲ ਦਿਆਂਗੇ। ਪਰ ਇਹ ਵੀ ਗੱਲ ਕਹੀ ਗਈ ਹੈ ਵੀ ਭਾਰਤ ਦੇ ਵਿੱਚ ਅੰਤਰਰਾਸ਼ਟਰੀ ਉਡਾਣਾਂ ਬੰਦ ਰਹਿਣਗੀਆਂ ਮੁਕੰਮਲ, ਜਿਵੇਂ ਕਿ ਇਸ ਵਕਤ ਵੀ ਚੱਲ ਰਹੀਆਂ। ਇਹ 30 ਸਤੰਬਰ ਤੱਕ ਇਹਨਾਂ ਦੇ ਖੋਲਣ ਦੀ ਕੋਈ ਆਸ ਹੋਣੀ ਤੇ ਬਾਅਦ ਦੇ ਵਿੱਚ ਵੀ ਵਿਚਾਰ ਕੀਤਾ ਜਾਣਾ। ਉਸ ਤੋਂ ਅਗਲੀ ਗੱਲ ਇਹ ਕਹੀ ਗਈ ਕਿ ਰੇਲ ਗੱਡੀਆਂ ਜਿਹੜੀਆਂ ਉਹ ਵੀ ਬਿਲਕੁਲ ਬੰਦ ਰਹਿਣਗੀਆਂ, ਜਿਵੇਂ ਕਿ ਇਸ ਵਕਤ ਬੰਦ ਆ।
फिर यह गल कही है कि जिहड़ियां वंदे भारत मिशन वालियां फ्लाइटां सिर्फ उहो चलदियां रहणगियां जे किसी ने आना बाहरों तो वंदे भारत मिशन फ्लाइट के उत्ते आया जा सकता नहीं तो होर कोई तरीका है नहीं गा उहदे बाबत कोई हले विचार भी नहीं किया। उस तो अगली गल यह है कि भारत के जिहड़े सिनेमा हाल है वह भी बंद रहणगे जो स्विमिंग पूल है वह भी बंद रहणगे स्कूल कॉलेज ते यूनिवर्सिटियां 30 सितंबर तक यह भी बंद रहणगे। कहने का भाव यह है कि भारत के कोरोना के मद्देनजर उन्हों ने सारा कुछ फैसले लाए गए जी जिवें पहला अनलॉक पार्ट 3 के टू के सो जे बहुत सारे सज्जन सानू फोन करके गल कहते हैं कि भी साडे रिश्तेदार ने बाहरों आना जां असीं आप आना चाहते हैं कि इहदा की हल है। उन्होंने बेनती यही है कि वंदे भारत मिशन वाली फ्लाइट है जी संबंध कायम करके प्रबंध करके देखो क्योंकि हाले तक रूटीन के प्रक्रियावां हैगियां उहदे बाबत कुछ नहीं होया गा ते जिन्नी देर तक रूटीन के फ्लाइटां शुरू नहीं हुंदियां उन्नी देर तक कोई कुछ कह भी नहीं सकता था कि भाई हुण मैं इन्नी तरीक नूं चला जाऊंगा मेरी टिकट इन्नी तरीक नूं बुक हो जूगी। वंदे भारत मिशन ही जिहड़ियां फ्लाइटां ये 30 सितंबर तक चलणगियां जी। टाणा साहब एक साढ़े एस सी बी सी समाज भलाई मंत्री ने साधु सिंह धर्मसोत उन्हां दे उत्ते पहला लगा जी पोस्ट मैट्रिक वजीफा घोटाला ते हुण जिहड़ा नवां उन्हां दे उत्ते लग्या जंगलात निगम च प्रमोशन घोटाला ए धर्मसोत हुण कुछ होर ही बनते जा रहे ने सोत तां नहीं रह गए ना धर्म रहे ने कुछ होर ही बनते जा रहे ने जी। देखो जी गल ए है कि संकट तां वड्डा हैगा पहली गल तो संकट इस करके वड्डा भी जेडे साधु सिंह धर्मसोत हो रही है इन्हां दे नां दे नाल जो गल जुड़ी है ते ए गल इस वक्त इन्हां दे लई भी माड़ी है ते कांग्रेस की सरकार वास्ते भी माड़ी है। पर दूजी गल यह है कि साधु सिंह धर्मसोत हो रही कह रहे भी इदां दी गल कोई है नहीं जिदा का मेरे तो दोष लग रहा। तो तीजी गल यह हैगी है कि कैप्टन अमरिंदर सिंह दे लई भी चुनौती खड़ी हुई है क्योंकि लगातार मंग यह की जा रही है भी इन्हां दी विकट लैनी है ते आम आदमी पार्टी की गल करिए जां असीं गल करिए इस वक्त भाजपा की अकाली दल बादल की वह सारिया धिरां लगातार यह गल कह रही भी हुण इस बंदे नूं अपने अहुदे तों अस्तीफा देना चाहिए। कैप्टन अमरिंदर सिंह पहले ही यह गल कह चुके हैं भी कोई अस्तीफा नहीं देना ना कोई लोड़ है इस गल की दोष लाने ते दोष साबित होने दो वक्त वक्रिया गल है तो उन्होंने पूरा जवाब देता पर यह मामला काफी भख्या हुआ अच्छा क्योंकि साधु सिंह धर्मसोत के पुतले फूके जा रहे हैं साधु सिंह धर्मसोत होर कहा जा रहा है कि नैतिक आधार के उत्ते अस्तीफा देन। पहला तो मामला हैगा कि पोस्ट मैट्रिक स्कॉलरशिप के मामले से 64 करोड़ रुपए की कथित तौर के उत्ते सफलेबाजी हुई है। दूजी गल हैगी कि हुण वन विभाग के जिहड़े अहुदियां दे विच तरक्की हुई है जिहड़ी वो तरक्की दे विच भी कहिंदे भी कोई हेराफेरी की गई है तरक्कियां सही नहीं हुई। सो इन्हां दोहां मामलों के करके कसूते घिर गए ते जदों कसूते घिरे आ ते हुण की बनूगा उहदे रणां दे विच वक्त दसूगा। पर लगातार कोशिश इस गल की विरोधी धिरां की कि साधु सिंह धर्मसोत की विकट लै लईए ते पर कैप्टन अमरिंदर सिंह ने गल कहती है कि दोषी होना ते दोष लाउणे ये दो वखरियां गल्लां ते बिलकुल असीं नहीं अस्तीफा लवांगे असी आप दे तौर दे उत्ते पड़ताल करावांगे जेकर पड़ताल दे विच कुछ गलत निकलिया फिर उस बारे सोचांगे नहीं तां विरोधी जो मर्जी कही जाण असी इस गल दे उत्ते अमल नहीं करते जी जी जी। उधर लापता पावन स्वरूप जेडे ने उन्हां दी कहिंदे भाल करनी मेरी मुख जिम्मेवारी है ज्ञानी हरप्रीत सिंह जी ने कही है पर नाल इह वी कहिंदे ने अजे तक साडे कोल कोई सबूत ही नहीं हैगा कौन लै गया कित्थे चले गए। हाँ बिल्कुल जी गल तो असल है कि जिस तरीके दे नाल पिछले दिनी कार्रवाइया हुई उन्हां कार्रवाइया दे विच गल उभर के यह सामने आई बई श्रोमणी कमेटी की अंतरिम कमेटी ने कई बंदे नौकरी तो कढ़ते ते कई बंदे आपां जाणदे कि जिस तरीके दे नाल उत्थे फौजदारी केस दर्ज होणगे यह गल कही गई है भावें कि श्रोमणी कमेटी ने कार्रवाई वड्डी करन दी गल कहती पर मुद्दा उत्थे दा उत्थे है। हम कहने भी लापता स्वरूप है जेडे 328 उन्होंने मामले के उत्ते नौकरियों तो भी कढ़ के परचे भी दर्ज हो जाएंगे पर वह स्वरूप कितने यह मसला उत्थे का उत्थे है। वह स्वरूप गायब हुए जेडे
ਉਹ ਕਿਹੜੀ ਹਾਲਤ ਦੇ ਵਿੱਚ ਹੈ, ਕਿੱਥੇ ਰੱਖੇ ਆ, ਕੀ ਉਹਨਾਂ ਦੇ ਅੰਗਾਂ ਦਾ ਹਾਲ ਆ, ਤੇ ਇਹਦੇ ਬਾਬਤ ਕੋਈ ਜਾਣਕਾਰੀ ਹੈ ਨੀ ਜੀ। ਲੋਕਾਂ ਦੀ ਇਸ ਗੱਲ ਦੀ ਮੰਗ ਆ ਵੀ ਭਾਈ ਪਹਿਲਾਂ ਸਾਨੂੰ ਸਰੂਪਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਤੇ ਲੰਘੇ ਚੱਲ ਪਤਾ ਲੱਗਾ ਜੀ ਕਿ ਇੱਕ ਪਿੰਡ ਦੇ ਵਿੱਚ ਭੁਡਾਣੀ ਕਲਾ ਦੇ ਵੱਲ ਗੁਰਦੁਆਰਾ ਨਿਮਸਰ ਸਾਹਿਬ ਦੇ ਇੱਕ ਪ੍ਰੋਗਰਾਮ ਦੇ ਵਿੱਚ ਗਏ ਸੀਗੇ, ਸਮਾਗਮ ਚ ਗਏ ਸੀਗੇ ਭਾਈ ਗੋਬਿੰਦ ਸਿੰਘ ਲੌਂਗੋਵਾਲ। ਇੱਥੇ ਇਹਨਾਂ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਹੋਇਆ, ਇਹਨਾਂ ਦੀ ਗੱਡੀ ਦੇ ਮੂਹਰੇ ਕਈ ਨੌਜਵਾਨ ਲੰਬੇ ਪੈ ਗਏ। ਉਹਨਾਂ ਨੇ ਇਹ ਗੱਲ ਕਹੀ ਜੀ ਕਿ ਇੱਕ ਤਾਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਪੜਤਾਲ ਕਰਨ ਵਾਲੀ ਇਹਦਾ ਗਾਇਬ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਬਾਰੇ, ਉਹ ਰਿਪੋਰਟ ਜਨਤਕ ਕਰੋ ਵੀ ਉਹਦੇ ਵਿੱਚ ਕਿਹੜੇ ਕਿਹੜੇ ਨਾਂ ਸਾਹਮਣੇ ਆਏ। ਤੇ ਦੂਜੀ ਗੱਲ ਇਹ ਦੱਸੋ ਕਿ ਤੁਸੀਂ ਕਾਰਵਾਈ ਦੀ ਗੱਲ ਤਾਂ ਕਰਤੀ ਹੈ, ਪਰ ਜਿਹੜੇ ਸਰੂਪ ਆ ਉਹ ਹੈ ਕਿੱਥੇ ਆ? ਤੇ ਬੜੀ ਮੁਸ਼ਕਲ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਮੁੰਡੇ ਪਰੇ ਕੀਤੇ ਤੇ ਫਿਰ ਲੌਂਗੋਵਾਲ ਹੋਰੀ ਵੀ ਗੱਡੀ ਅੱਗੇ ਗਈ ਹੈ। ਹੁਣ ਕੱਲ ਇੱਕ ਪ੍ਰੋਗਰਾਮ ਦੇ ਵਿੱਚ ਗਏ ਸੀਗੇ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਅਕਾਲ ਤਖ਼ਤ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਤਾਂ ਖੁਦ ਚਾਹੁੰਦਾ ਕਿ ਇਹਨਾਂ ਸਰੂਪਾਂ ਦੇ ਬਾਰੇ ਪਤਾ ਲੱਗੇ, ਤੇ ਫੌਜਦਾਰੀ ਕੇਸ ਇਸੇ ਕਰਕੇ ਦਰਜ ਕਰਨ ਦੀ ਗੱਲ ਕਹੀ ਗਈ ਹੈ ਤਾਂ ਜੋ ਸਰੂਪਾਂ ਦੇ ਬਾਰੇ ਜਾਣਕਾਰੀ ਦੇਣ ਇਹ ਲੋਕ। ਇਹਨਾਂ ਨੇ ਕਿਹਾ ਵੀ ਅਕਾਲ ਤਖ਼ਤ ਸਾਹਿਬ ਤੋਂ ਸਿਰਫ ਭਾਰ ਮਕਸਦ ਲੱਗ ਸਕਦੀ ਹੈ, ਇਸ ਤੋਂ ਵੱਧ ਕੁਝ ਨਹੀਂ। ਪਰ ਬਾਕੀ ਜਿਹੜਾ ਕੰਮ ਪੁਲਿਸ ਦਾ ਫੌਜਦਾਰੀ ਕੇਸਾਂ ਦਾ, ਉਹਦੇ ਵਿੱਚ ਗੱਲ ਪੜਤਾਲ ਹੁਣ ਖੁੱਲ੍ਹ ਕੇ ਸਾਹਮਣੇ ਆਊਗੀ। ਫਿਰ ਇਹਨਾਂ ਨੇ ਇੱਕ ਬੜੀ ਮਹੱਤਵਪੂਰਨ ਗੱਲ ਕਹੀ ਹੈ ਜਿਹੜੀ ਸਭ ਦੇ ਧਿਆਨ ਨਾਲ ਸੁਣਨ ਵਾਲੀ ਹੈ। ਉਹ ਕਹਿੰਦੇ ਜੀ ਅਸਲ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੋ ਰਿਹਾ, ਕਿਉਂਕਿ ਸ਼੍ਰੋਮਣੀ ਕਮੇਟੀ ਆਪਣੇ ਨਲਾਇਕ ਜਨਰਲ ਜ਼ਿੰਮੇਵਾਰ ਜਿਹੜੇ ਮੁਲਾਜ਼ਮ ਆ ਜਿਨ੍ਹਾਂ ਦੀ ਬਦਲੀ ਕਰਨੀ ਹੁੰਦੀ ਹੈ ਉਹਨਾਂ ਨੂੰ ਪਬਲੀਕੇਸ਼ਨ ਵਿਭਾਗ ਦੇ ਵਿੱਚ ਬਦਲ ਕੇ ਲਾ ਦਿੰਦੀ ਹੈ। ਕਹਿ ਦਿੰਦੇ ਵੀ ਭਾਈ ਇਸ ਬੰਦੇ ਨੇ ਕਿਹੜਾ ਬੁੱਕੀ ਦਾ ਕੰਮ ਕਰਦਾ, ਇਹਨਾਂ ਨੂੰ ਉੱਥੇ ਲਾ ਦੇ। ਇਹ ਸੋਚਦੇ ਆ ਵੀ ਸਭ ਤੋਂ ਘੱਟ ਕੰਮ ਆ ਪਬਲੀਕੇਸ਼ਨ ਵਿਭਾਗ ਦਾ, ਜਿਹੜੇ ਬੰਦੇ ਨੇ ਸੁੱਟਣਾ ਕਿਤੇ ਤੇ ਇਹਨਾਂ ਨੂੰ ਉਸ ਵਿਭਾਗ ਚ ਸੁੱਟ ਦਿਓ। ਜਦਕਿ ਪਬਲੀਕੇਸ਼ਨ ਵਿਭਾਗ ਆ ਜਿਹੜਾ ਉਹ ਬਹੁਤ ਮਹੱਤਵਪੂਰਨ ਆ, ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਤੇ ਹੋਰ ਗ੍ਰੰਥਾਂ ਦਾ ਪ੍ਰਕਾਸ਼ਨ ਹੋਣਾ ਹੁੰਦਾ, ਜਿੱਥੇ ਕਿ ਪਬਲੀਕੇਸ਼ਨ ਵਿਭਾਗ ਆ ਉੱਥੇ ਬਹੁਤ ਮਹੱਤਵਪੂਰਨ ਜਿੰਨੇ ਹੁੰਦੇ ਆ। ਇੱਥੇ ਸੂਝਵਾਨ ਪੜ੍ਹੇ ਲਿਖੇ ਤੇ ਸੂਖਮ ਵਿਚਾਰਾਂ ਵਾਲੇ ਲੋਕ ਚਾਹੀਦੇ ਆ, ਨਾ ਕਿ ਬੁੱਕ ਸੈੱਟ ਦੇਣੇ ਚਾਹੀਦੇ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਗਲਤ ਗੱਲ ਵੀ ਆਪਾਂ ਚਲੋ ਇਹ ਤੋਂ ਕੰਮ ਨੀ ਲੈਣਾ ਗਾ, ਇਹਨੂੰ ਬਦਲੀ ਕਰਕੇ ਤਾਂ ਉਧਰ ਕੂਜੇ ਲਾ ਦਿੰਦੇ ਆ, ਇਹ ਇਸ ਚੱਕਰ ਦੇ ਵਿੱਚ ਵੀ ਗਲਤ ਗੱਲ ਹੋ ਰਹੀਆਂ ਜੀ। ਟਹਿਣਾ ਸਾਹਿਬ, ਇੱਕ ਖਬਰ ਜਿਹੜੀ ਹੈ ਤੁਹਾਡੇ ਜਲੰਧਰ ਦੇ ਨਾਲ ਜੁੜੀ ਹੋਈ ਹੈ, ਉਹ ਹੈਗੀ ਹੈ ਵੀ ਇੱਕ ਮੋਟਰਸਾਈਕਲ ਸਵਾਰਾਂ ਨੇ ਇੱਕ ਕੁੜੀ ਤੁਰੀ ਜਾਂਦੀ ਕੁੜੀ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਕੁੜੀ ਨੇ ਜਦੋਂ ਆਪਣਾ ਫੋਨ ਨਹੀਂ ਦਿੱਤਾ ਤਾਂ ਕਿਸੇ ਤੇਜ਼ ਹਥਿਆਰ ਨਾਲ ਕੁੜੀ ਦਾ ਹੱਥ ਵੱਢਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਜਾਂ ਵੱਢਿਆ, ਪਰ ਕੁੜੀ ਨੇ ਇੱਕ ਬੰਦਾ ਜਿਹੜਾ ਮੋਟਰਸਾਈਕਲ ਤੋਂ ਖਿੱਚ ਕੇ ਥੱਲੇ ਸੁੱਟ ਲਿਆ ਤੇ ਲੋਕਾਂ ਨੇ ਚੰਗੀ ਕਟਾਪਾ ਚਾੜਿਆ ਉਹ ਬੰਦੇ ਦੇ ਉੱਤੇ ਜੀ। ਦੇਖੋ ਇਸ ਕੁੜੀ ਨੂੰ ਲੱਖ ਵਾਰੀ ਸਲਾਮ ਕਰਨੀ ਬਣਦੀ ਹੈ, ਇਹ ਉਹ ਵੇਲਾ ਪੰਜਾਬ ਦੇ ਮੁੰਡੇ ਗਾਉਣ ਵਾਲਿਆਂ ਦੇ ਪਿੱਛੇ ਲੜਦੇ ਆ, ਇਹ ਉਹ ਵੇਲਾ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਧੀਆਂ ਭੈਣਾਂ ਦੀਆਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਕਿ ਭਾਈ ਤੇਰਾ ਗਾਉਣ ਵਾਲਾ ਕਿਵੇਂ ਆ ਤੇ ਮੇਰਾ ਗਾਉਣ ਵਾਲਾ ਕਿਵੇਂ ਆ, ਮੇਰਾ ਗਾਉਣ ਵਾਲਾ ਸੁਪਰ ਸਟਾਰ ਆ, ਤੇਰਾ ਗਾਉਣ ਵਾਲਾ ਸੁਪਰ ਸਟਾਰ ਆ, ਜਦੋਂ ਇਸ ਚੱਕਰ ਦੇ ਵਿੱਚ ਪਏ ਹੋਏ ਆ। ਉਸ ਵੇਲੇ ਇਸ ਕੁੜੀ ਨੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਵੀ ਭਾਈ ਆਪਦੀ ਜਾਨ ਦੀ ਬਾਜ਼ੀ ਲਾ ਕੇ ਤੇ ਇਸ ਤਰੀਕੇ ਦੇ ਨਾਲ ਲੁਟੇਰੇ ਫੜੇ ਵੀ ਜਾ ਸਕਦੇ ਆ। ਇਹ ਜਿਹੜੀ ਵੀਡੀਓ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਇਹ ਵੀ ਪਤਾ ਲੱਗਾ ਵੀ ਹੁਣ ਇਸ ਕੁੜੀ ਨੂੰ ਬਹਾਦਰੀ ਪੁਰਸਕਾਰ ਮਿਲੂਗਾ, ਕਿਉਂਕਿ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਮੋਬਾਈਲ ਖੋ ਕੇ ਤੇ ਮੁੰਡਾ ਭੱਜਣ ਲੱਗਦਾ ਤੇ ਉਸ ਤੋਂ ਬਾਅਦ ਕੁੜੀ ਉਹਨੂੰ ਫੜ ਲੈਂਦੀ ਹੈ ਤੇ ਇਹਨੂੰ ਲਾ ਲੈਂਦੀ ਹੈ। ਉਹ ਮੁੰਡਾ ਬਾਅਦ ਦੇ ਵਿੱਚ ਕੁੜੀ ਨੂੰ ਮਝੋਲਦਾ ਵੀ ਹੈ, ਇਹਦੇ ਹੱਥਾਂ ਦੇ ਉੱਤੇ ਇਹਦੇ ਸਰੀਰ ਦੇ ਉੱਤੇ ਤੇਜ਼ ਧਾਰ ਹਥਿਆਰ ਨਾਲ ਵਾਰ ਵੀ ਕਰਦਾ, ਪਰ ਉਸ ਮਾਂ ਦੀ ਧੀ ਨੇ ਉਸ ਛੇੜੀ ਕੁੜੀ ਨੇ ਉਸ ਬੰਦੇ ਨੂੰ ਛੱਡਿਆ ਸੀਗਾ ਤੇ ਬਾਅਦ ਦੇ ਵਿੱਚ ਬੰਦੇ ਹੋਰ ਆ ਜਾਂਦੇ ਆ ਤੇ ਉਹ ਮੁੰਡਾ ਜਿਹੜਾ ਉਹ ਸਾਰੇ ਲੋਕਾਂ ਦੇ ਅੜਕੀ ਆ ਜਾਂਦਾ ਤੇ ਛਿੱਤਰ ਪਟਾੜਦਾ ਤਾਂ ਸੋਚਦਾ ਵੀ ਉਹਦੇ ਥੋੜਾ ਫਿਰਿਆ ਇਸ ਮੁੰਡੇ ਦੇ ਵੱਧ ਫਿਰਨਾ ਚਾਹੀਦਾ ਸੀ। ਸੋ ਇਹ ਕੁੜੀ ਦੀ ਬਹਾਦਰੀ ਬਹੁਤ ਆ, ਦੇਖੋ ਬੰਦਾ ਕਿਸੇ ਦੇ ਕੋਲ ਹਥਿਆਰ ਦੇਖ ਕੇ ਤੇ ਵੈਸੇ ਹੀ ਸਾਹ ਛੱਡ ਜਾਂਦਾ, ਪਰ ਇਸ ਕੁੜੀ ਨੇ ਆਪਦਾ ਮੋਬਾਈਲ ਵੀ ਬਚਾਇਆ ਤੇ ਇਸ ਕੁੜੀ ਨੇ ਇੱਕ ਲੁਟੇਰਾ ਵੀ ਪੁਲਿਸ ਦੇ ਹਵਾਲੇ ਕਰਵਾਇਆ ਤੇ ਆਪਦੀ ਜਾਨ ਨੂੰ ਬਾਜ਼ੀ ਲਾ ਕੇ ਜਾਨ ਦੀ ਬਾਜ਼ੀ ਲਾ ਕੇ ਤੇ ਇਹ ਸਾਰਾ ਕੁਝ ਕੀਤਾ। ਤੇ ਇਹ ਸਾਰਾ ਕੁਝ ਇਸ ਕਰਕੇ ਵੱਧ ਮਹੱਤਵਪੂਰਨ ਮੈਨੂੰ ਲੱਗਦਾ ਵੀ ਜਦੋਂ ਅੱਜ ਦੀ ਨੌਜਵਾਨ ਪੀੜ੍ਹੀ ਮੋਬਾਈਲਾਂ ਦੇ ਉੱਤੇ ਲੱਗੀ ਹੋਈ ਹੈ, ਜਦੋਂ ਨੌਜਵਾਨ ਪੀੜ੍ਹੀ ਇਸ ਵਕਤ ਲੱਗੀ ਹੋਈ ਹੈ ਕਲਾਕਾਰਾਂ ਦੇ ਪਿੱਛੇ ਵੀ ਭਾਈ ਬੱਬੂ ਮਾਨ ਦੇ ਫੈਨ ਤੇ ਸਿੱਧੂ ਮੂਸੇਵਾਲੇ ਨੂੰ ਗਾਲਾਂ ਕੱਢਣ ਤੇ ਸਿੱਧੂ ਮੂਸੇਵਾਲੇ ਦੇ ਫੈਨ ਬੱਬੂ ਮਾਨ ਬਾਰੇ ਮਾੜਾ ਚੰਗਾ ਬੋਲਣ, ਉਸ ਵਕਤ ਇੱਕ ਕੁੜੀ ਨੇ ਨਵੀਂ ਮਿਸਾਲ ਪੈਦਾ ਕੀਤੀ ਹੈ ਵੀ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਮੋਬਾਈਲਾਂ ਦੇ ਉੱਤੇ ਲੜਾਈ ਲੜਦੇ ਆ
ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹਨਾਂ ਨਾਲ ਇੱਦਾਂ ਲੜਾਈ ਲੜੀ ਜਾ ਸਕਦੀ ਹੈ। ਜੀ ਟਾਣਾ ਸਾਹਿਬ ਕੋਈ ਲਾਸਟ ਖਬਰ ਹੈ ਜੀ, ਇਹ ਵੀ ਇੱਦਾਂ ਦੀ ਹੋਈ ਹੈ, ਇੱਕ ਮਿੰਟ ਦਾ ਸਮਾਂ ਆਪਣੇ ਕੋਲ। ਬਠਿੰਡੇ ਤੋਂ ਖਬਰ ਲੱਗੀ ਆ ਜੀ, ਪਿੰਡ ਬੱਲੋਂ ਆ ਬਠਿੰਡੇ ਦੇ ਵਿੱਚ, ਬਿਜਲੀ ਚੋਰੀ ਫੜਨ ਗਈ ਟੀਮ ਨੂੰ, ਕੀੜਿਆਂ ਦੇ ਭੌਣ ਤੇ ਬਿਠਾਤਾ ਲੋਕਾਂ ਨੇ ਇਕੱਠੇ ਹੋ ਕੇ ਜਿਹੜੇ ਚੋਰੀ ਕਰਦੇ ਸੀ। ਦੇਖੋ ਗੱਲ ਇਹ ਹੈ ਜੀ ਕਿ ਇਹ ਨਾ ਅਸਲ ਦੇ ਵਿੱਚ ਬੱਲੋਂ ਪਿੰਡ ਦੇ ਵਿੱਚ ਬਿਜਲੀ ਚੋਰੀ ਫੜਨ ਗਈ ਸੀ ਬਿਜਲੀ ਮਹਿਕਮੇ ਦੀ ਟੀਮ, ਉੱਥੇ ਕੁਝ ਲੋਕਾਂ ਨੇ ਇਸ ਟੀਮ ਨੂੰ ਕਾਬੂਕੀ ਕੀਤੀ ਆ, ਕਿਉਂਕਿ ਪਿੰਡਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਾਲੇ ਵੀ ਬਿਜਲੀ ਚੋਰੀ ਹੁੰਦੀ ਆ, ਹਾਲਾਂਕਿ ਘਟੀ ਆ ਕਿਉਂਕਿ ਹੁਣ ਘਰਾਂ ਦੇ ਵਿੱਚ ਮੀਟਰ ਕੱਢ ਕੇ ਬਾਹਰ ਲਾਤੇ ਆ, ਹੋਰ ਵੀ ਕਈ ਤਰਕੀਬਾਂ ਅਪਣਾਈਆਂ ਗਈਆਂ ਜਿਹਦੇ ਕਰਕੇ ਬਿਜਲੀ ਚੋਰੀ ਪਹਿਲਾਂ ਦੇ ਮੁਕਾਬਲੇ ਥੋੜੀ ਘਟੀ ਆ, ਪਰ ਫਿਰ ਵੀ ਲੋਕ ਆ ਜਿਹੜੇ ਉਹ ਸਿੱਧੀਆਂ ਤਾਰਾਂ ਜਿਹੜੀਆਂ ਜਿਹਨਾਂ ਲੋਕਾਂ ਦੇ ਘਰਾਂ ਦੇ ਮੂਹਰ ਦੀ ਲੰਘਦੀਆਂ ਉਹ ਉਧਰੋਂ ਕੁੱਲੀ ਕੰਢੀ ਲਾ ਲੈਂਦੇ ਆ, ਤੇ ਬਿਜਲੀ ਮਹਿਕਮੇ ਦੇ ਵੱਲੋਂ ਇਸ ਪਿੰਡ ਦੇ ਵਿੱਚ ਬੱਲੋਂ ਪਿੰਡ ਦੀ ਛਾਪੇਮਾਰੀ ਕੀਤੀ ਗਈ ਆ। ਹੁਣ ਪਿੰਡ ਦੇ ਕੁੱਝ ਕੁ ਲੋਕ ਆ ਜਿਹੜੇ ਉਹਨਾਂ ਨੇ ਇਸ ਟੀਮ ਨੂੰ ਜਿਹੜੀ ਆ ਛਾਪਾ ਮਾਰਨ ਵਾਲੀ ਟੀਮ ਸੀਗੀ ਉਹਨੂੰ ਫੜ ਲਿਆ ਤੇ ਇਸ ਟੀਮ ਨੂੰ ਕੀੜਿਆਂ ਨੇ ਭੌਣ ਦੇ ਉੱਤੇ ਬਿਠਾਤਾ। ਹੁਣ ਕਈ ਜਿਹੜੇ ਆ ਉਹ ਬੰਦੇ ਉਹ ਰਲੇ ਚੀਜ਼ ਲੜ ਗਏ ਤੇ ਉਹਨਾਂ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂ ਦਵਾਈ ਬੂਟੀ ਉਹਨਾਂ ਨੂੰ ਚੱਲਦੀ ਆ। ਉਸ ਤੋਂ ਬਾਅਦ ਪੁਲਿਸ ਆਈ ਆ ਤੇ ਪੁਲਿਸ ਦੇ ਵੱਲੋਂ ਕਈ ਲੋਕਾਂ ਦੇ ਉੱਤੇ ਬਾਈਵੇਂ ਪਰਚੇ ਦਰਜ ਕੀਤੇ ਗਏ ਆ, ਕੁੱਝ ਕੁ ਅਣਪਛਾਤੇ ਲੋਕਾਂ ਦੇ ਉੱਤੇ ਵੀ ਪਰਚੇ ਦਰਜ ਕੀਤੇ ਆ। ਹੁਣ ਦੇਖੋ ਗੱਲ ਇਹ ਆ ਵੀ ਇਹੋ ਜਿਹੇ ਮਾਮਲਿਆਂ ਦੇ ਉੱਤੇ ਅਸੀਰ ਤੇ ਹੁੰਦਾ ਤਾਂ ਭਾਵੇਂ ਰਾਜੀਨਾਮਾ ਹੀ ਆ, ਇਹ ਭਾਵੇਂ ਸਾਲ ਠਹਿਰ ਕੇ ਹੋ ਜੇ ਭਾਵੇਂ 6 ਮਹੀਨਿਆਂ ਨੂੰ ਹੋ ਜੇ, ਪਰ ਗੱਲ ਤੁਸੀਂ ਇਹ ਦੇਖੋ ਵੀ ਜਿਹੜੇ ਲੋਕ ਆ ਉਹ ਡਰਦੇ ਬਿਲਕੁਲ ਨੀ। ਲੋਕ ਇਹ ਨੀ ਸੋਚਦੇ ਵੀ ਅਸੀਂ ਇੱਕ ਤਾਂ ਗਲਤੀ ਪਹਿਲਾਂ ਕਰਦੇ ਹਾਂ ਚੋਰੀ ਕਰ ਰਹੇ ਬਿਜਲੀ, ਉੱਤੋਂ ਜੇਕਰ ਕੋਈ ਫੜਨ ਆਇਆ ਤੇ ਉਹਨਾਂ ਨੂੰ ਅਸੀਂ ਕੀੜਿਆਂ ਦੇ ਭੌਣ ਤੇ ਬਾਹਰ ਦਿੰਦੇ ਹਾਂ। ਸੋ ਦੋ ਦੋ ਗਲਤ ਕਹਿਣ ਵਾਲੀ ਚੋਰੀ ਵਾਲੀ ਸੀਨਾ ਗੋਰੀ। ਸੋ ਇਸ ਮਾਮਲੇ ਦੇ ਉੱਤੇ ਪੁਲਿਸ ਆਪਣੀ ਹੁਣ ਕਾਰਵਾਈ ਕਰ ਰਹੀ ਹੈ ਤੇ ਅੱਗੇ ਪਤਾ ਲੱਗੂਗਾ ਵੀ ਬਣਦਾ ਕੀ ਹੈ। ਬਹੁਤ ਬਹੁਤ ਸ਼ੁਕਰੀਆ ਟਾਣ ਸਾਹਿਬ, ਧੰਨਵਾਦ, ਲੈਣੇ ਆ ਇਜਾਜ਼ਤ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮਿਹਰਬਾਨੀ, ਸ਼ੁਕਰੀਆ ਜੀ। ਸੋ ਦੋਸਤੋ, ਇਸ ਸਵੰਤ ਟੈਣਾ ਜੀ ਖਬਰ ਦੀ ਦੁਨੀਆਂ ਦੇ ਵਿੱਚ ਖਬਰਸਾਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਸੀ। ਅਗਲਾ ਪ੍ਰੋਗਰਾਮ ਲੈ ਕੇ ਚਲਦਿਆਂ ਮਾਨ ਸਾਹਿਬ ਦੇ ਨਾਲ, ਦਿਓ ਇਜਾਜ਼ਤ, ਫਿਰ ਮਿਲਣ ਦੇ ਵਾਅਦੇ ਨਾਲ। ਸਤਿ ਸ੍ਰੀ ਅਕਾਲ ਦੋਸਤੋ।